ਮਾਣਯੋਗ ਸ਼੍ਰੀਮਤੀ ਅਮਨੀਤ ਕੌਂਡਲ, IPS ਸੀਨੀਅਰ ਕਪਤਾਨ ਪੁਲਿਸ ਬਠਿੰਡਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ, ਸ਼੍ਰੀ ਅਜੇ ਗਾਂਧੀ IPS SP ਇਨਵੈਸਟੀਗੇਸ਼ਨ ਬਠਿੰਡਾ ਦੀ ਰਹਿਨੁਮਾਈ ਹੇਠ CA2 ਦੀ ਸਾਡੀ ਟੀਮ ASI ਹਰਮਨਜੀਤ ਸਿੰਘ ਅਗਵਾਈ ਕਰ ਰਹੇ ਸੀ। ਉਹ ਨਥਾਣਾ ਤੋਂ ਭਗਤਾ ਰੋਡ 'ਤੇ ਜਾ ਰਹੇ ਸੀ ਜਦ ਉਹ ਪੁਲਸੂਆ ਬਹਾਦਰ ਅਗਵਾ ਕੋਠਾ ਗੁਰੂ ਪਹੁੰਚੀ ਅਤੇ ਉੱਥੇ ਉਹਨਾਂ ਨੇ ਇੱਕ ਨੌਜਵਾਨ ਉਹਨੂੰ ਆਪਣਾ ਸਵਿਫਟ ਡਿਜ਼ਾਇਰ ਕਾਰ ਆ ਜਿਹੜੀ ਜਿਹਦਾ ਨੰਬਰ BV2BD 5801 ਸਮੇਤ ਕਾਬੂ ਕੀਤਾ ਅਤੇ ਉਸ ਉਹਨਾਂ ਨੇ ਤਲਾਸ਼ੀ ਲਈ, ਮੈਂ ਵੀ ਮੌਕੇ 'ਤੇ ਉੱਥੇ ਪੁੱਜਾ ਅਤੇ ਉਹਦੀ ਤਲਾਸ਼ੀ ਲੈ ਗਈ ਅਤੇ ਉਹ ਜਿਹੜਾ ਬੰਦਾ ਫੜਿਆ ਉਹਦਾ ਨਾਂ ਲਖਵੀਰ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਸਰਾਵਾਂ ਦਾ ਅਗਵਾੜ ਕੋਠਾ ਗੁਰੂ ਸੀ। ਅਤੇ ਜਦੋਂ ਤਲਾਸ਼ੀ ਲਈ ਗਈ ਤਾਂ ਉਹਦੇ ਤੋਂ ਉਹਦੇ ਇੱਕ ਕਾਰ ਦੀ ਡਿੱਗੀ 'ਚ ਇੱਕ ਪਲਾਸਟਰ ਦਾ ਗੱਟਾ ਮਿਲਿਆ ਜਿਹਦੇ ਵਿੱਚੋਂ 5000 ਟਰਾਮਾਡੋਲ ਗੋਲੀਆਂ ਅਤੇ 4000 ਜਿਹੜਾ ਰੈਗਾਬਲਿਨ ਕੈਪਸੂਲ ਆ ਉਹ ਬਰਾਮਦ ਹੋਈ, ਜਿਸ 'ਤੇ ਅਸੀਂ ਉਹਦੇ ਵਿਰੁੱਧ ਮੁਕੱਦਮਾ ਨੰਬਰ 81 ਮਿਤੀ 24/9/2024 ਥਾਣਾ ਦਿਆਲਪੁਰਾ ਵਿਖੇ ਅੰਡਰ ਸੈਕਸ਼ਨ 22C NDPA ਸੈਕਟਰ ਜਿਹੜਾ ਦਰਜ ਕਰਕੇ ਉਹਨੂੰ ਗ੍ਰਿਫਤਾਰ ਕੀਤਾ ਅਤੇ ਉਹਦਾ ਅਸੀਂ 2 ਦਿਨ ਦਾ ਪੁਲਿਸ ਰਿਮਾਂਡ ਕੋਰਟ 'ਚ ਪੇਸ਼ ਕਰਕੇ ਉਸਨੂੰ ਹਾਸਲ ਕੀਤਾ ਅਤੇ ਉਹ ਤੋਂ ਹੋਰ ਪੁੱਛਗਿੱਛ ਜਾਰੀ ਆ। ਇਹ ਬੰਦਾ ਪਹਿਲਾਂ ਵੀ ਨਸ਼ਾ ਵੇਚਣ ਦਾ ਆਦੀ ਹੈ ਅਤੇ ਪਹਿਲਾਂ ਵੀ ਥਾਣਾ ਦਿਆਲਪੁਰਾ ਵਿਖੇ ਥਾਣਾ ਬਾਜਾ ਖਾਨਾ ਵਿਖੇ ਨਸ਼ੇ ਦੇ ਮੁਕੱਦਮੇ ਜਿਹੜੇ ਦਰਜ ਆ। ਇਹ ਕਿਸੇ ਕਿੱਥੋਂ ਲੈ ਕੇ ਆ ਰਿਹਾ ਸੀ? ਇਹਦੇ ਤੋਂ ਹੁਣ ਅਸੀਂ ਇਹਨਾਂ ਰਿਮਾਂਡ ਹਾਸਲ ਕੀਤਾ ਤਾਂ ਥੋਰਲੀ ਪੁੱਛਗਿੱਛ ਕਰਕੇ ਜਿੱਥੇ ਵੀ ਇਹਨੇ ਲਿਆਂਦੀ ਹੋਈ ਜਾਣ ਜਿੱਥੇ ਜਾਂ ਅੱਗੇ ਦੇਣੇ ਫਾਰਵਰਡ ਬੈਕਵਰਡ ਲਿੰਕ ਜਿਹੜੇ ਇਹਦੇ ਅਸੀਂ ਪਤਾ ਕਰਕੇ ਉਹਨਾਂ ਦੋਸ਼ੀਆਂ ਨੂੰ ਮੁਕੱਦਮੇ 'ਚ ਗ੍ਰਿਫਤਾਰ ਕਰਾਂਗੇ। ਪਹਿਲਾਂ ਕਿਹੜੇ ਦੇ ਥਾਣੇ 'ਚ? ਪਹਿਲਾਂ ਬਾਜਾ ਖਾਨਾ ਦਿਆਲਪੁਰਾ, ਇੱਕ ਤਾਂ ਚੋਰੀ ਦਾ ਪਰਚਾ ਵੀ ਦਰਜ ਆ ਦਿਆਲਪੁਰਾ ਵਿੱਚ। ਇੱਕ ਤੁਸੀਂ ਕੱਲ ਚਿੱਟਾ ਬਰਾਮਦ, ਉਹਦੇ ਵਿੱਚ ਵੀ ਜਿਹੜਾ ਜਗਦੀਪ ਸਿੰਘ ਮੌਕੇ 'ਤੇ ਫੜਿਆ ਉਸ ਜੋ ਜਿਹੜੇ ਦੋ ਉਹਨਾਂ ਨੂੰ ਅੱਗੇ ਬੈਕਵਰਡ ਫਾਰਵਰਡ ਲਿੰਕ ਉਹਦੇ 'ਚ ਵੀ ਅਸੀਂ 2 ਵਿਅਕਤੀ ਹੋਰ ਅਰੈਸਟ ਕੀਤੇ ਆ, ਮੁਕੱਦਮਾ ਦਰਜ ਕਰ ਲਿਆ। ਇਹ ਇੱਕ ਬੰਦੇ ਨੇ ਆਪਣਾ ਮਹਾਰਾਜ ਪਿੰਡ ਦੇ ਬੰਦੇ ਨੇ ਨਹਿਰ 'ਚ ਛਾਲ ਮਾਰ ਕੇ ਖੁਦਕੁਸ਼ੀ ਕੀਤੀ ਸੀ। ਉਹਨੇ ਆਪਣਾ ਇੱਕ ਰੁਕਾ ਛੱਡਿਆ ਵੀ ਮੈਂ ਦੋ ਬੰਦਿਆਂ ਤੋਂ ਤੰਗ ਆ ਕੇ ਇਹ ਖੁਦਕੁਸ਼ੀ ਕੀਤੀ ਆ, ਉਹ ਅਸੀਂ 306 ਦਾ ਮੁਕੱਦਮਾ ਉਹਦੇ ਉਹਨਾਂ ਦੇ ਖਿਲਾਫ਼ ਦਰਜ। ਅਸੀਂ ਮੁਕੱਦਮੇ ਦੀ ਥੋਰਲੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਅਤੇ ਜਿਸ ਤਰ੍ਹਾਂ ਉਹਦੇ ਪ੍ਰਤੀ ਤੱਥ ਸਾਹਮਣੇ ਆਉਣਗੇ ਉਸੇ ਅਨੁਸਾਰ